ਦੱਸਣਾ ਚਾਹੁੰਦੇ ਹਾਂ ਮੋਦੀ ਨੂੰ, ਜੇ ਤੇਰੇ 'ਚ ਇੰਨਾ ਹੀ ਦਮ ਹੈ, ਤੂੰ ਚਾਹੁੰਦਾ ਗਾ ਵੀ ਮੈਂ ਹਰੇਕ ਚੀਜ਼ ਦਾ ਉਦਘਾਟਨ ਕਰਾਂ, ਆ ਜਾ ਪੰਜਾਬ 'ਚ, ਇੱਕ ਕਰ ਵੱਡੀ ਰੈਲੀ, ਦਿਖਾਈਏ ਤੈਨੂੰ ਵੀ ਕੀ ਚੰਬੀ ਦਾ ਭਾਉਣ ਹੁੰਦਾ ਗਾ, ਕਿੰਨਾ ਕਿਸਾਨਾਂ ਦੇ ਵਿੱਚ ਗੁੱਸਾ। ਅਸੀਂ ਚਾਹੁੰਦੇ ਹਾਂ ਵੀ ਮੋਦੀ ਸਾਡੇ ਪੰਜਾਬ ਦੇ ਵਿੱਚ ਰੈਲੀ ਕਰੇ, ਅਤੇ ਅਸੀਂ ਨੌਜਵਾਨ ਦਿਖਾਵਾਂਗੇ ਉਹਨੂੰ। ਸਾਡੇ ਬਜ਼ੁਰਗ ਤਾਂ ਇਕੱਲੇ ਵੇਖਣਗੇ, ਇਕੱਲੇ ਨੌਜਵਾਨ ਹੀ, ਜਿਵੇਂ ਕਰਨਾਲ ਦੇ ਵਿੱਚ ਕੁਰਸੀਆਂ ਹਵਾ 'ਚ ਉੱਡਦੀਆਂ ਸੀ, ਐਂ ਮੋਦੀ ਦੀ ਰੈਲੀ ਦੀਆਂ ਉਡਾਵਾਂਗੇ। ਜੋ ਕੈਪਟਨ ਦੂਹਰੇ ਮਾਪਦੰਡ ਅਪਣਾ ਰਿਹਾ ਗਾ, ਬਹੁਤ ਘਟੀਆ ਨੀਤੀ ਹੁੰਦੀ ਹੈ ਇਹ। ਬੰਦਾ ਸਟੈਂਡ ਲੈ ਕੇ ਇੱਕ ਪਾਸੇ ਖੜ ਜੇ ਵੀ ਜਾਂਦਾ ਕਿਸਾਨਾਂ ਨਾਲ ਆ ਜਾਂ ਦਿੱਲੀ ਨਾਲ। ਕੈਪਟਨ ਦਾ ਸ਼ਾਮ ਨੂੰ ਬਿਆਨ ਆਉਂਦਾ ਗਾ ਵੀ ਖੱਟਰ ਕਿਸਾਨ ਵਿਰੋਧੀ ਹੈ, ਕਿਸਾਨਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਇਹ ਬਿਆਨ ਕੈਪਟਨ ਦਾ ਗਾ। ਅਤੇ ਉਸ ਤੋਂ ਬਾਅਦ 2 ਘੰਟਿਆਂ ਬਾਅਦ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਕਿਸਾਨਾਂ 'ਤੇ ਲਾਠੀਚਾਰਜ ਹੋ ਜਾਂਦਾ ਗਾ। ਉਹ ਸਾਡੇ ਕਿਸਾਨ ਸੀ, ਸਾਡੇ ਭਰਾ ਸੀ। ਹਰਿਆਣੇ ਦੇ ਕਰਨਾਲ ਦੇ ਵਿੱਚ ਕਿਸਾਨ ਜਥੇਬੰਦੀਆਂ ਭਾਜਪਾ ਦੀ ਲੀਡਰਸ਼ਿਪ, ਭਾਜਪਾ ਦੇ ਮੁੱਖ ਮੰਤਰੀ ਦਾ ਵਿਰੋਧ ਕਰ ਰਹੀਆਂ ਸਨ, ਤਾਂ ਉਸ ਮੌਕੇ ਜਿਹੜਾ ਲਾਠੀਚਾਰਜ ਹੋਇਆ ਉਸਨੂੰ ਦੇਖ ਕੇ ਹੀ, ਉਸਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਿੱਚ ਵੀ ਏਕਤਾ ਜਿਹੜੀ ਉਹ ਬਿਲਕੁਲ ਨਜ਼ਰ ਆ ਰਹੀ ਹੈ। ਉਸਨੂੰ ਲੈ ਕੇ ਸੰਯੁਕਤ ਮੋਰਚੇ ਵੱਲੋਂ ਦਿੱਤੀ ਕਾਲ ਨੂੰ ਲੈ ਕੇ ਅੱਜ ਤਲਵੰਡੀ ਸਾਬੋ ਦੇ ਵਿੱਚ ਜਿਹੜਾ 12 ਤੋਂ ਲੈ ਕੇ 2 ਘੰਟਿਆਂ ਦਾ ਜਾਮ ਦੀ ਕਾਲ ਦਿੱਤੀ ਗਈ ਹੋਈ ਸੀ, ਉਹਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਜਥੇਬੰਦੀਆਂ ਜਿਹੜੀਆਂ ਤਲਵੰਡੀ ਸਾਬੋ ਦੇ ਰਵਿਦਾਸ ਚੌਂਕ ਹੈ ਜਿਹੜਾ ਬਿਲਕੁਲ ਘੇਰਿਆ ਹੋਇਆ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਭਾਰਤੀ ਕਿਸਾਨ ਯੂਨੀਅਨ ਦੀਆਂ ਸਿੱਧੂਪੁਰ ਦੀਆਂ ਔਰ ਸਮੱਕੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਦੇ ਕੇ ਪੰਜਾਬ ਸਰਕਾਰ ਔਰ ਹਰਿਆਣਾ ਸਰਕਾਰ ਖਿਲਾਫ਼ ਹੈ ਜਿਹੜਾ ਉਹ ਭਾਰਤੀ ਕਿਸਾਨ ਯੂਨੀਅਨ ਦੀ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਜੋ ਉੱਥੇ ਕਰਨਾਲ ਦੇ ਵਿੱਚ ਜੋ ਵੀ ਘਟਨਾ ਵਾਪਰੀ ਹੈ ਉਸਦਾ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਆਪਾਂ ਗੱਲਬਾਤ ਕਰ ਲੈਂਦੇ ਹਾਂ, ਮੇਰੇ ਨਾਲ ਕਿਸਾਨ ਯੂਨੀਅਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਵੀ ਜਿਹੜਾ ਜਾਮ ਆ ਉਹ ਕਿਸ ਤਰ੍ਹਾਂ ਲਾਇਆ। ਹਾਂਜੀ, ਕੀ ਨਾਂ ਹੈ ਸਭ ਤੋਂ ਪਹਿਲਾਂ ਤਾਂ? ਮੈਂ ਵਿਜੇ ਮਹਿਮਾ ਸਿੰਘ, ਬਲਾਕ ਪ੍ਰਧਾਨ ਤਲਵੰਡੀ ਸਾਬੋ, ਵੀ ਕਹਿਜੋ ਸਿੱਧੂਪੁਰ, ਜ਼ਿਲ੍ਹਾ ਬਠਿੰਡਾ। ਹਾਂਜੀ, ਕੀ ਅੱਜ ਤੁਸੀਂ ਜਿਹੜਾ ਜਾਮ ਲਾਇਆ, ਕਿਸ ਨੂੰ ਲੈ ਕੇ ਜਾਮ ਲਾਇਆ ਔਰ ਕੀ ਕਹਿਣਾ ਚਾਹੁੰਦੇ? ਵੀਰ ਜੀ, ਸਭ ਨੂੰ ਪਤਾ ਹੈ, ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਪਤਾ ਹੈ, ਪੂਰੇ ਵਰਲਡ ਦੇ ਵਿੱਚ ਪਤਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ 3 ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਲੜਾਈ ਲੜ ਰਹੇ ਹੈ। ਉਸ ਗੱਲ ਤੋਂ ਲੈ ਕੇ ਲੋਕ BJP ਦੀ ਸਰਕਾਰ ਤੋਂ ਪੂਰੇ ਖਫ਼ਾ ਹੈ, ਕਿਉਂਕਿ ਜਨ ਵਿਰੋਧੀ ਕਾਨੂੰਨ ਹੈ ਜਿਹੜੇ ਕੇਂਦਰ ਸਰਕਾਰ ਜਿਹੜੀ BJP ਦੀ ਸਰਕਾਰ ਹੈ ਉਹ ਲਿਆ ਰਹੀ ਹੈ, ਅਤੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਹਿੰਦੂ ਸਿੱਖ ਏਕਤਾ ਨੂੰ, ਸਿੱਖ ਹਿੰਦੂ ਏਕਤਾ ਨੂੰ ਤੋੜਨ ਦੇ ਪੂਰੇ ਯਤਨ ਕਰ ਰਹੀ ਹੈ ਕੇਂਦਰ ਸਰਕਾਰ। ਹਰਿਆਣੇ ਦੇ ਵਿੱਚ ਕੱਲ੍ਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਉੱਪਰ ਕਰਨਾਲ ਦੇ SDM ਵੱਲੋਂ ਕੇਂਦਰ ਸਰਕਾਰ ਦੀਆਂ ਅਤੇ ਹਰਿਆਣੇ ਦੀ ਖੱਟਰ ਸਰਕਾਰ ਦੀਆਂ ਨੀਤੀਆਂ ਨੂੰ ਪਹਿਲ ਦਿੰਦੇ ਹੋਏ ਸ਼ਾਂਤਮਈ ਕਿਸਾਨਾਂ ਦੇ ਉੱਤੇ ਅੰਨੇਵਾਹ ਤਸ਼ੱਦਦ ਕੀਤਾ ਗਿਆ, ਡਾਂਗਾਂ ਚਲਾਈਆਂ ਗਈਆਂ, ਇੱਥੋਂ ਤੱਕ ਕਿ ਕਿਸੇ ਦੀ ਪਰਵਾਹ ਨਹੀਂ ਕੀਤੀ ਗਈ ਕਿ ਕਿਸੇ ਦਾ ਸਿਰ ਪਾੜਦਾ ਜਾਂ ਕਿਸੇ ਦੀਆਂ ਲੱਤਾਂ ਟੁੱਟਦੀਆਂ ਜਾਂ ਬਾਹਾਂ ਟੁੱਟਦੀਆਂ। ਇਸ ਗੱਲ ਦੀ ਅਸੀਂ ਪੂਰੀ ਤਰ੍ਹਾਂ ਨਾਲ ਪੂਰਾ ਵਰਲਡ ਹੀ ਨਿੰਦਿਆ ਕਰਦੇ ਹਾਂ, ਅਤੇ ਸਾਡੀਆਂ ਜਥੇਬੰਦੀਆਂ ਵੀ ਇਸ ਦੀ ਨਿੰਦਿਆ ਕਰਦੀਆਂ ਕਿ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਪ੍ਰੋਟੈਸਟ ਕਰਨਾ ਸਾਡਾ ਹੱਕ ਹੈ, ਅਸੀਂ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਦੇ ਹਾਂ, ਪਰ ਫਿਰ ਵੀ ਜਿੱਥੇ ਕਿਤੇ ਕੇਂਦਰ ਦੀ ਸਰਕਾਰ ਦਾ ਪੱਖ ਪੂਰਦਿਆਂ ਹਰਿਆਣੇ ਦੇ ਪ੍ਰਸ਼ਾਸਨ ਨੇ ਜਾਂ ਹਰਿਆਣੇ ਦੀ ਸਰਕਾਰ ਨੇ ਕਿਸਾਨਾਂ 'ਤੇ ਤਸ਼ੱਦਦ ਕੀਤਾ, ਨੰਗਾ ਹੋ ਗਿਆ ਚਿਹਰਾ ਕਿ ਕਿਸਾਨਾਂ ਦਾ ਕਿੰਨਾ ਕੁ ਦਰਦ ਇਹ ਜਿਹੜੀਆਂ ਸਰਕਾਰਾਂ ਇਹ ਮੰਨਦੀਆਂ। ਮੈਂ ਇੱਥੇ ਇੱਕ ਗੱਲ ਹੋਰ ਵੀ ਕਹੂੰਗਾ, ਜਿਹੜਾ ਅਸੀਂ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਕਹਿ ਦਿੰਦੇ ਕਿ ਪੁਲਿਸ ਵਾਲੇ ਸਾਡੇ ਭਰਾ ਹੈ, ਪੁਲਿਸ ਵਾਲੇ ਸਾਡੇ ਬੱਚੇ ਹੈ, ਇਹ ਵੀ ਹਰਿਆਣੇ ਦੀ ਸਰਕਾਰ ਦੇ ਪੱਖ ਪੂਰਨ ਵਾਲੀ ਉਸ ਹਰਿਆਣੇ ਦੀ ਪੁਲਿਸ ਨੇ ਸਪਸ਼ਟ ਕਰਤਾ ਕਿ ਕਿਸਾਨਾਂ ਦੇ ਧੀਆਂ ਪੁੱਤ ਕਦੇ ਵੀ ਨਹੀਂ ਹੋ ਸਕਦੇ, ਕਿਸਾਨਾਂ ਦਾ ਪੱਖ ਕਦੇ ਵੀ ਨਹੀਂ ਲੈ ਸਕਦੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵੀ ਹਰਿਆਣੇ ਦੀ ਸਰਕਾਰ ਦੀ ਤਰ੍ਹਾਂ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਮੋਦੀ ਨੇ ਜਿਹੜਾ ਕਰਨਾ ਸੀਗਾ ਜਲ੍ਹਿਆਂਵਾਲੇ ਬਾਗ ਦਾ ਉਦਘਾਟਨ, ਮੈਨੂੰ ਇਹ ਨਹੀਂ ਸਮਝ ਆਈ ਵੀ ਜਲ੍ਹਿਆਂਵਾਲਾ ਬਾਗ, ਇਹਦਾ ਮਤਲਬ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਕੋਈ ਇਤਿਹਾਸਕ ਜਗ੍ਹਾ ਹੈ, ਕਿ ਹੁਣ ਮੋਦੀ ਦੱਸਣ ਲੱਗਾ, ਮੈਨੂੰ ਇਹ ਨਹੀਂ ਸਮਝ ਆਉਂਦੀ। ਜੇਕਰ ਮੋਦੀ ਪੰਜਾਬ ਦੇ ਵਿੱਚ ਆਉਂਦਾ ਤਾਂ ਮੋਦੀ ਨੇ ਇਹ ਵੀ ਕਹਿ ਦੇਣਾ ਸੀ ਕਿ ਉਦੋਂ ਵੀ ਮੈਂ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਸੀ ਜਦੋਂ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਇੱਥੇ ਇਸ ਤਰ੍ਹਾਂ ਦੇ ਅੰਗਰੇਜ਼ਾਂ ਵੱਲੋਂ ਆਹ ਕੁਛ ਕੀਤਾ ਗਿਆ ਸੀਗਾ, ਉਹਦੇ ਵਿੱਚ ਵੀ ਇਹਨੇ ਕਹਿ ਦੇਣਾ ਸੀ ਕਿ ਮੈਂ ਉਦੋਂ ਵੀ ਸੀਗਾ। ਇਸ ਕਰਕੇ ਇਹ ਹਰੇਕ ਜਿਹੜਾ ਵੀ ਦੇਸ਼ ਦੇ ਵਿੱਚ ਕੋਈ ਪ੍ਰੋਗਰਾਮ ਚੱਲਦਾ, ਕਿਸੇ ਚੀਜ਼ ਦਾ ਕੋਈ ਵੀ ਉਦਘਾਟਨ ਹੁੰਦਾ,
कोई भी चीज़ खरीदी जाती है तो उत्थे आपका चेहरा लोगों के सामने लियाउण दी ताक दे विच इह पंजाब दे विच इहो जिहियां कारवाइयां करदा सी। पर उत्थे भी साडी कैप्टन सरकार ने केंद्र सरकार का पक्ष पूर के लोक विरोधी किसान विरोधी होण दा जिहड़ा सबूत सानू दित्ता है, जिहदे विरोध वजों जिथे करनाल दे विच साडे किसानां ते लाठीचार्ज होया उस गल नूं लैके जदों चडूनी दा संदेश गया कि हरियाणा जाम किया जाए तो मैं धन्नवादियां हरियाणा का कि अपनी एकता का सबूत देंदे हुए दो घंटे के पूरा हरियाणा सी जिहड़ा सील करता उस दे सिट्टे वजों साढ़े दिल्ली संयुक्त किसान मोर्चे की यह राय बनी है, स्कीम बनी है, विचार बनी कि आपां नूं पंजाब दे विच भी इसकी एकता दिखाउणी चाहीदी है। तां दिल्ली संयुक्त किसान मोर्चे वल्लों यह फैसला लिया गया कि कल नूं जाणी कि अज 12 बजे तो लैके 2 बजे तक हरियाणे दे किसानां दे समर्थन दे विच जिहड़ा ये अज पंजाब बंद का सद्दा दिता गया इस लड़ी वजों अज पंजाब दे पूरे शहरां दे विच सारे हाईवे है जिहड़े जां आम सड़कां ने वो जाम कीतियां होईयां। साडियां भरातरी जथेबंदियां साढ़े समुचे पंजाब दे लोक इस अंदोलन दे विच शामिल ने। हाँ जी, तुसीं वी की कहिंदे, देखो पंजाब की सरकार होवे चाहे वह हरियाणे की सरकार होवे आम तौर पर किसान संघर्ष करते हैं, एक नज़र नहीं आता। की कहना चाहते हो चाहते हो तुसीं किसानां नूं की तुसीं आपके भाषण च भी कहा सी की मन्नदे हो तुसीं की कहना चाहते हो? एका बहुत है जी किसानों का जी, एकता कला कला बंदा कह रहा है भी यह कानून गलत ने, कोई किसान के मूहों कहा दो भी यह कानून सही ने जी जी, एकता सब की है, हरेक चाहता कानून रद्द हो। संघर्ष है जो एकता नाल तुसी अपील करना चाहते हो भी लड़ना चाहिए किसानों? ये संघर्ष असं कहना चाहते हैं भी जिस तरह आप दिल्ली बैठे हुए हैं पंजाब रोक रहे हैं पर आप कट्ठे होकर इन्ह लीडर का भी विरोध करिए, जो कैप्टन दूहरे मापदंड अपना रहा है बहुत घटिया नीति होंगी है, यह बंदा स्टैंड लैके एक पासे खड़ जाए भी जाता किसानों नाल दिल्ली नाल एक स्टैंड ले ले, कैप्टन का शाम नूं बयान आउंदा गा भी खट्टर किसान विरोधी है किसानों तो माफ़ी मंगनी चाहिए है, ये बयान कैप्टन का गा। तो उस तो बाद दो घंटे बाद जिले बाग के किसानों से लाठीचार्ज हो जाता गा, वो साडे किसान सी साडे भरा सी। असीं दसना चाहुंदे आ मोदी नूं जे तेरे च इन्ने दम है तू चाहना गा भी मैं हरेक चीज़ का उद्घाटन करा, आ जा पंजाब च एक कर वड्डी रैली दिखाइए तैनू भी की चंदी का भाण हुंदा गा किन्ना किसानों के गुस्सा। असीं चाहुंदे हैं भी मोदी साडे पंजाब दे विच रैली करे तो असीं नौजवान दिखावांगे उन्हों, साडे बजुर्ग तो कल्ले वेखणगे कल्ले नौजवान ही जिवें करनाल दे विच कुर्सियां हवा चुड़दियां सी ऐ मोदी की रैली दियां डावांगे, सानू परवाह नहीं जेलां दी, सानू परवाह नहीं साडे सिर भन्नणगे, सानू परवाह नहीं काल कोठरियां दी, जे साडी जमीन जांदी है तो साडा अमान जांदा गा। हुण लड़ाई साडी इज्जत दी है, कल्ली जमीन दी नहीं, हुण असीं इज्जत ते लड़ाई लड़ रहे हां। किसान भरा कट्ठे ने, पूरा पंजाब अज जाम किया होया दो घंटे लई, साडे संयुक्त मोर्चे नूं भी बेनती है कोई वधिया काल देण तां आपां मोदी नालों वड्डा संयुक्त मोर्चे नूं मानदा मैं, मेरी सोच है भी मोदी नालों वड्डा जिहड़े टाइम ते संयुक्त मोर्चा गा पूरे भारत दा संयुक्त मोर्चा वड्डा गा, तो एक वधिया काल देण दो ढाई घंटे दे विच पूरा भारत जाम कर देंगे। असीं वादे नाल कहने हां पंजाब दा तां असीं अद्धे घंटे दे विच विच पंजाब जाम कर देंगे, तो सारे सूबे के किसान अपने नाल ने, आपां किन्ना चिर लाठियां खावांगे जे किन्ना चिर सिर पणावांगे किन्ना चिर सड़कां ते धुप्पे अज तापमान चेक कर लो साडे बजुर्ग ये धरती ते बैठे ने किन्नी दुख की गल है। असीं कैप्टन नूं भी चाहुंदे आ भी कितें कोई इहो जिहे वहिम भरम दे विच ना रहि जाए भी किसानां ते लाठीचार्ज कर दूं पंजाब दे विच, जे किसी पंजाब दे किसान दे इक उंगल भी जां लाठी भी लग गई तां साडियां जथेबंदियां ते भी सानू माण है, उह देणगीआं फैसला तां असीं इट्ट दा जवाब पत्थर नाल देवांगे। की मंग करना चाहुंदे हुण अगला सरकारां तों? अगला हुण मंग तां साडी 9 महीनिआं च इक है जी, इह काले कानून रद्द करन, असीं घरे बैठीए आपदे सानू की लोड़ हैगी सड़कां ते बैठण दी, पूरे 9 एक साल हो गया जी सानू संघर्ष कर रहिआं नूं, अगस्त दे विच शुरू संघर्ष कीता सी ते अगस्त चल रही है, 25 सितंबर नूं पंजाब जाम कीता सी ते सितंबर अगे आ रहा गा, एक साल हो गया ये कैप्टन नूं दिस ही नहीं रहा। चल मान ला पांच सूबे भी विरोध कर रहे ने, पूरा हिंदुस्तान ये कानूनों का विरोध कर रहा, एक भी किसान नहीं चाहता भी मेरे ते कानून लागू हो जाए, ये कानूनों की पावर SDM को जाऊगी सब नूं पता गा, ये कानूनों के लिखा हुआ गा। तो कल हरियाणे का SDM शर्म आनी चाहिए उस बंदे नूं, शर्म आनी चाहिए आ किसानों का अनाज खा के कह रहा गा जे किसान अगे वधदे ने तां सिर भन्न दिओ लत्तां भन्न दिओ अखां भन्न दिओ, तो उही होया अद्धे घंटे बाद किसानों लाठीचार्ज होया, किसानों बाहर जमीनों के भजा भजा के कुटिया भजा भजा के उन्होंने सिर पाड़े, उसी लड़ी तहत अज असी पूरा पंजाब जाम किया होया गा। असी मंग करते हैं भी यह कानून रद्द किए जाण ते असी आपदे घरे जाइए। बिल्कुल जी, ये सन नौजवान किसान यूनियन के आगू सन जिन्होंने दसाया कि जोड़े काले कानून है जोड़े केंद्र सरकार ने बनाए हुए है इन्हों रद्द करना चाहिए। मैं शहरां ते पिंडां जाके गल देखी है कि कई परिवार
अपनियां बेटियां नूं ज़्यादा प्रोफेशनल एजुकेशन नहीं करवाउंदे, उन्हां दी कोशिश हुंदी है कि उन्हां दी शादी कराई जाए। सियाणे कहिंदे आ कि एक लड़की पढ़ जाए तो पूरा परिवार पढ़ जाता है। तो असी फैसला किया कि श्रोमणी अकाली दल बहुजन समाज पार्टी की आने वाली सरकार असी लड़कियां वास्ते 50% घट तो घट सरकारी नौकरियों में रिजर्व करांगे ताँ जो उन्हां नूं इनसेंटिव मिल सके कि अपने परिवारों का सहारा बन सकन।